ਲੋ ਦੋਸਤੋ, ਅੱਜ ਅਸੀਂ ਜਿਸ ਸ਼ਖਸੀਅਤ ਨਾਲ ਬੈਠੇ ਹਾਂ ਉਹਨਾਂ ਦਾ ਨਾਂ ਹੈ ਮੁਹੰਮਦ ਸਰਦਾਰ। ਫਤਿਹਪੁਰ ਬੈਠੇ ਹਾਂ ਅਸੀਂ ਜ਼ਿਲ੍ਹਾ ਲਈਆ 'ਚ, ਅਤੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਅਤੇ ਪਹਿਲੇ ਸਭ ਤੋਂ ਇਹ ਪੁੱਛਣਾ ਹੈ ਵੀ ਤੁਹਾਡਾ ਪਿੰਡ ਕਿਹੜਾ, ਜਿੱਥੇ ਤੁਹਾਡਾ ਜਨਮ ਹੋਇਆ, ਪੈਦਾ ਹੋਇਆ ਜਿੱਥੇ? ਜ਼ਿਲ੍ਹਾ ਵੀ, ਤਹਿਸੀਲ ਵੀ, ਸਭ ਕੁਛ ਪੁੱਛਣਾ, ਸਾਰਾ ਕੁਛ ਜਨਾਬ। ਸਾਡਾ ਪਿੱਛੇ ਬਜ਼ੁਰਗਾਂ ਮੇਰਿਆਂ ਦਾ ਪਿੰਡ ਉੱਗੀ ਸੀ, ਜ਼ਿਲ੍ਹਾ ਜਲੰਧਰ ਸੀ, ਅੱਛਾ, ਤਹਿਸੀਲ ਨਕੋਦਰ ਸੀ। ਹਾਂ ਹਾਂ। ਮੇਰੀ ਪੈਦਾਇਸ਼ ਜ਼ਿਲ੍ਹਾ ਬਾਬਲਪੁਰ, ਅੱਛਾ, ਪਿੰਡ ਹਰੂਨਾਬਾਦ 44 ਚੱਕ ਹਰੂਨਾਬਾਦ ਦੇ ਕੋਲ, ਮੁਰਾਦ 44 ਮੁਰਾਦ ਜਾਂ ਕੀ ਕਹਿੰਦੇ? ਹਾਂ, 44 3R ਨਹਿਰ ਦੀ ਹੈ, 3R 3R ਨਹਿਰ ਹੈ ਹਰੂਨਾਬਾਦ। ਅੱਛਾ, ਤੁਸੀਂ ਫਿਰ ਜਦੋਂ ਰਿਆਸਤ ਆਬਾਦ ਹੋਈ ਉਦੋਂ ਆ ਗਏ? ਹਾਂਜੀ ਹਾਂਜੀ, ਇੱਦਾਂ ਹੀ ਨਾ। ਤੁਹਾਡਾ ਦਾਦਾ ਆਇਆ ਜਾਂ ਬਾਪ ਆਇਆ? ਨਹੀਂ, ਬਾਪ ਆਇਆ, ਦਾਦੇ ਹੁਣੀ ਪਹਿਲਾਂ ਵਫਾਤ ਪਾ ਗਏ ਸੀ। ਅੱਛਾ, ਤੁਹਾਡੇ ਦਾਦਾ ਜੀ ਦਾਦਾ ਪਹਿਲੇ ਵਫਾਤ ਪਾ ਗਿਆ ਸੀ। ਇਹ ਪਹਿਲੇ ਲੈਲਪੁਰ ਆਏ ਆ, ਫਿਰ ਅੱਗੇ ਗਏ ਰਿਆਸਤ 'ਚ ਜਾਂ ਸਿੱਧੇ ਰਿਆਸਤ 'ਚ ਆਏ? ਪਹਿਲਾਂ ਰਿਆਸਤ ਵਿੱਚ ਆਏ, ਸਿੱਧੇ ਹੀ ਆਏ, ਸਿੱਧੇ ਹੀ। ਅੱਛਾ, ਇੱਕ ਤਾਂ ਸਾਨੂੰ ਇਹ ਦੱਸੋ ਵੀ ਤੁਸੀਂ ਆਪਣਾ ਜਿਹੜਾ ਪਿੰਡ ਤੁਹਾਡਾ, ਹਾਂਜੀ, ਉੱਗੀ, ਹਾਂਜੀ, ਇਹ ਉੱਗੀ ਨਾਂ ਦਾ ਪਿੰਡ ਇੱਕ ਗੋਜਰੇ ਦੇ ਕੋਲ ਵੀ ਹੈਗਾ? ਹੈਗਾ ਉੱਗੀ, ਮੈਨੂੰ ਯਾਦ ਆ, ਮੈਂ ਗਿਆ ਹੋਇਆ ਪਿੰਡ। ਪਾਕਿਸਤਾਨ ਦੀ ਉੱਗੀ ਆ ਉਹ, ਪਾਕਿਸਤਾਨ ਦੀ ਉੱਗੀ ਆ। ਜਦੋਂ 12 ਆਬਾਦ ਹੋਈਆਂ ਤੇ ਉਸੇ ਉੱਗੀ ਵਾਲੇ ਲੋਕ ਆ ਕੇ ਉਹਨਾਂ ਨੇ ਜ਼ਮੀਨਾਂ ਲਈਆਂ, ਜਦੋਂ ਇਹ ਦੁੱਲੇ ਦੀ 12 ਆਬਾਦ ਹੋਈ। ਹਾਂਜੀ ਹਾਂਜੀ, ਉਹ ਬੜਾ ਸੋਹਣਾ ਪਿੰਡ ਹੈ। ਇਹ ਗੋਜਰੇ ਉਹ ਮੇਰਾ ਖਿਆਲ ਮੂੰਗੀ ਬੰਗਲੇ ਵਾਲੀ ਸੜਕ ਤੇ ਆ। ਠੀਕ ਆ। ਅੱਛਾ, ਤੁਸੀਂ ਫਿਰ ਸਿੱਧੇ ਆਏ ਤੁਹਾਡੇ ਵਾਲਦ ਸਾਹਿਬ ਰਿਆਸਤ ਬਹਾਵਲਪੁਰ 'ਚ? ਹਾਂਜੀ। ਅਤੇ ਕਦੀ ਗਏ ਵੀ ਤੁਸੀਂ ਉੱਗੀ 'ਚ ਨਿੱਕੇ ਹੁੰਦੇ ਆ? ਮਾਂ ਦਾ ਸੀਰ ਪਿੰਜਿਆ ਗਿਆ, ਛੋਟੇ ਮਾਂ ਦੇ ਨਾਲ ਹੀ ਗਏ? ਮਾਂ ਦੇ ਨਾਲ ਹੀ। ਅੱਛਾ, ਅਤੇ ਉੱਦਾਂ ਤੁਹਾਨੂੰ ਯਾਦ ਨਹੀਂ? ਨਹੀਂ, ਬਚਪਨ ਜੀ ਸੀ, ਸੀਰ ਪਿੰਜਾ ਸੀ ਮਾਂ ਦਾ। ਠੀਕ ਹੈ। ਅਤੇ ਨਾਨਕਿਆਂ ਦਾ ਪਿੰਡ ਕਿਹੜਾ ਸੀ ਹਿੰਦੁਸਤਾਨ 'ਚ? ਜਗਰਾਲ ਪਿੰਡ ਸੀ। ਜਗਰਾਓਂ ਜਾਂ ਜਗਰਾਲ? ਜਗਰਾਲ। ਜਗਰਾਲ, ਇਹ ਵੀ ਜਲੰਧਰ 'ਚ ਸੀ? ਜਲੰਧਰ ਸੀ, ਹਾਂ, ਜਲੰਧਰ, ਤਹਿਸੀਲ ਜਲੰਧਰ ਸੀ। ਅੱਛਾ ਅੱਛਾ, ਤੁਹਾਡੇ ਇਹ ਦੱਸੋ ਵੀ ਅੱਬਾ ਜੀ ਦਾ ਨਾਂ ਕੀ ਸੀ? ਫਤਿਹ ਮੁਹੰਮਦ। ਫਤਿਹ ਮੁਹੰਮਦ, ਰਾਈ ਹੈ ਤੁਸੀਂ? ਹਾਂਜੀ। ਠੀਕ ਆ। ਜਲੰਧਰ ਦੇ ਰਾਈ ਬਹੁਤ ਇੱਥੇ ਬੈਠੇ ਆ ਇਸ ਸ਼ਹਿਰ 'ਚ ਫਤਿਹਪੁਰ ਜਿੱਥੇ ਅਸੀਂ ਹੁਣ। ਅਤੇ ਫਿਰ 44 ਮੁਰਾਦ? ਨਹੀਂ, 3R 3R 44 3R ਹਰੂਨਾਬਾਦ। ਇਹ ਪਿੰਡ ਤੁਹਾਡਾ ਜਿਹੜਾ, ਇੱਥੇ ਹਿੰਦੂ ਸਿੱਖ ਵੀ ਰਹਿੰਦੇ ਸੀ? ਕੋਈ ਘਰ ਸੀਗੇ ਨਿੱਕੇ? ਲਾਂਬਲਿਆਂ ਚੱਕਾਂ ਚ ਆਲੇ ਦੁਆਲੇ ਸੀ ਸੀਗੇ। ਅੱਛਾ, ਤੁਹਾਡੇ ਪਿੰਡ 'ਚ ਕੋਈ ਘਰ ਵੀ ਨਹੀਂ ਸੀ? ਨਹੀਂ, ਸਾਡੇ ਪਿੰਡ ਦੇ ਵਿੱਚ ਘਰ ਕੋਈ ਨਹੀਂ ਸੀ। ਉੱਦਾਂ ਜਦੋਂ ਵੱਢ ਵਡਾਂਗਾ ਹੋਣ ਲੱਗਾ, ਹਾਂ, ਉਦੋਂ ਲਾਂਬਲਿਆਂ ਪਿੰਡਾਂ 'ਚ ਕਿਸੇ ਪਿੰਡ 'ਚ 10 ਘਰ ਸੀ, ਕਿਸੇ 'ਚ 20 ਘਰ ਸੀ, ਕਿਸੇ 15 ਘਰ ਸੀ, ਕਿਸੇ ਜਿਹੜੇ ਪਾਕਿਸਤਾਨ 'ਚ ਆ ਕੇ, ਜਿਵੇਂ ਹੁਣ ਇੱਥੇ ਆ ਕੇ ਜ਼ਮੀਨਾਂ ਕਿਸੇ ਲੈਣੀਆਂ, ਗੁਜਰਾਂ ਨੇ ਵੀ, ਜੱਟਾਂ ਨੇ ਵੀ, ਰਾਈਆਂ ਨੇ ਵੀ। ਹਾਂ ਹਾਂ ਹਾਂ, ਇਹ ਬਹੁਤ ਸੀ। ਫਿਰ ਮੁਰਾਦ ਨਹਿਰ ਦਾ 72 ਚੱਕ ਸੀ। 72 ਚੱਕ? ਅੱਛਾ, ਉੱਥੇ ਦਾ ਇੱਕ 7 ਫੁੱਟਾ ਜਵਾਨ ਸੀ। ਅੱਛਾ, ਹੁਣ ਵਰਖਾ ਇੰਨਾ ਬਣਵਾ ਕੇ ਪੇਚਿਆਂ ਦੀ ਛੋਟੀ ਲਾ ਕੇ, ਦੋ 3 ਸਾਈ ਗਾਨੇ ਵੱਜੇ ਮੋਤੀ ਘੁੰਮਣ ਲਾ ਕੇ। ਅੱਛਾ, ਉਤਲਾਹਾਂ ਦਿੰਦਾ ਸੀ ਮੁਸਲਮਾਨੋ ਕਾਇਮ ਹੋ ਜਾਓ। ਅੱਛਾ, ਉਹ ਉਤਲਾਹ ਦਿੰਦਾ ਸੀ? ਉਤਲਾਹ ਦਿੰਦਾ। ਕੀ ਖਤਰਾ ਸੀਗਾ ਕੋਈ? ਅੱਛਾ, ਖਤਰਾ ਉਦੋਂ ਵੱਢ ਵਡਾਂਗਾ ਪਿੰਡਾਂ ਦੇਸ਼ ਹੋਇਆ ਸੀ। ਇਹ ਤਾਂ ਤੁਹਾਡੀ ਗੱਲ ਸਹੀ ਹੈ, ਪਰ ਇੱਧਰ ਤਾਂ ਇੱਧਰੋਂ ਵੀ ਰਾਜ ਮਰਾਠੇ ਵੀ ਸਿੱਖ ਜਿਹੜੇ ਸੀ ਨਾ, ਇਹ ਤਾਂ ਥੋੜ੍ਹੇ ਸੀਗੇ, ਇਹ ਤਾਂ ਇੱਥੋਂ ਡਰੇ ਡੁਰੇ ਜਾਂਦੇ ਹੋਣੇ। ਬਸ ਰਾਤ ਬਰਾਤੇ ਨਿਕਲ ਗਏ ਨਾ, ਨਿਕਲ ਗਏ, ਊਂ ਤਲਾਹਾਂ ਦਿੱਤੀਆਂ ਵੀ ਰਾਹ ਰੋਕੋ, ਨਹਿਰਾਂ ਦੇ ਪੋਲ ਰੋਕੋ, ਫਲਾਨੀ ਕਰੋ, ਇਹਨਾਂ ਨੂੰ ਜਾਣ ਨਾ ਦਿਓ, ਜਾਣ ਨਾ ਦਿਓ, ਵੀ ਸਾਡੇ ਮੁਸਲਮਾਨ ਤੇ ਸ਼ਹੀਦ ਕਰਦੇ ਆ। ਅੱਛਾ, ਤੁਸੀਂ ਵੀ ਇਹਨਾਂ ਨੂੰ ਕਰੋ। ਇਹ ਫਿਰ ਕੀ ਹੋਇਆ? ਫਿਰ ਇੱਦਾਂ ਵੀ ਊਂ ਕਈਆਂ ਪਿੰਡਾਂ 'ਚ ਤਲਾਹ ਦਿੱਤੀ, ਤੇ ਸ਼ਾਮਲ ਲੋਕ, ਜਾਂਗਲੀ ਲੋਕ ਜਿਹਨੇ ਉਹਨਾਂ ਪਕੇ ਨੇ, ਖੋਖਰ, ਚੱਖੜ, ਹਾਂ ਹਾਂ ਹਾਂ, ਉਜਰਾ। ਅੱਛਾ, ਇਹ ਜਾਂਗਲੀਆਂ ਦੇ ਪਿੰਡ ਆ ਉੱਧਰ। ਅੱਛਾ, ਇਹਨਾਂ ਘੋੜੀਆਂ 'ਤੇ ਚੜ ਗਏ। ਅੱਛਾ, ਢੋਲਾ ਇਹਨੂੰ ਲੈ ਲਿਆ। ਅੱਛਾ, ਅਤੇ ਜਿਵੇਂ ਹੁਣ ਆਪਣਾ ਅੱਡਾ ਬਣਦਾ ਬਾਈਪਾਸ, ਹਾਂ ਹਾਂ, ਇੱਥੇ 5-10 ਪਿੰਡਾਂ ਦਾ ਆਦਮ ਜਿਹੜਾ ਨਾ, ਹਾਂ, ਪਿਆ ਨਾਰੇ ਦੇ ਨਾਰਾ ਵੱਜਣ। ਅੱਛਾ, ਉਹ ਫਿਰ ਸਿੱਖ 2-3 ਦਿਨ ਰੁਕ ਗਏ। ਰੁਕ ਗਏ ਉਹ, ਹਾਂ, ਥਾਂ ਥਾਂ। ਹਾਂ ਹਾਂ, ਫਿਰ ਉਹਨਾਂ ਦੂਸਰੀ ਸਾਈਡ ਲੈ ਕੇ ਅਤੇ ਬਾਹਰ ਨਿਕਲੇ ਆ। ਫਿਰ ਲਾਲੇ ਬਸ਼ਕੂਕੇ ਵੱਜਦੇ ਆ। ਲਾਲੇ ਬਸ਼ਕੂਕੇ ਉਹ ਕਿਹੜੇ ਪਿੰਡ ਦੇ? ਉਹ 23-24 ਚੱਕ ਹਰੂਨਾਬਾਦ ਤੋਂ 4 ਮੀਲ 'ਤੇ। ਅੱਛਾ, ਕਿਸ਼ਤੀਆਂ ਵਾਲੀ ਸਾਈਡ 'ਤੇ ਇੱਧਰ। ਅੱਛਾ, ਉਹ ਉਸ ਜ਼ਮਾਨੇ ਦੇ ਵਿੱਚ 2,500 ਬਰਬੇ ਦੇ ਮਾਲਕ ਸੀ। ਇੰਨੀ ਜ਼ਮੀਨ? ਅੱਛਾ, ਲਾਲੇ ਬਖਸ਼ੂਕੇ। ਲਾਲੇ ਬਖਸ਼ੂਕੇ। ਅੱਛਾ, ਉਹਨਾਂ ਫਿਰ ਗੰਜ ਮਸ਼ੀਨਾਂ ਵੇਟ ਦਿੱਤੀਆਂ ਹਰੂਨਾਬਾਦ, ਇਹ ਉਹਨਾਂ ਵੱਢੀ ਲੈ ਕੇ ਫਿਰ ਸਿੱਖ ਰਾਤਾਂ ਨੂੰ ਕੱਢੇ। ਇਹ ਲਾਲੇ ਬਖਸ਼ੂਕਿਆਂ ਨੇ, ਉਹ ਮੁਸਲਮਾਨ ਸੀਗੇ? ਮੁਸਲਮਾਨ ਸੀ। ਅੱਛਾ, ਵੱਢੀ ਲੈ ਕੇ ਤੇ ਕੱਢੇ ਉਹਨਾਂ ਨੇ।
ਅਤੇ ਜਿਹੜੇ ਸਿੱਖਾਂ ਦੇ ਬਰਾਮ ਸਿਰ ਡੂੰਘਾ ਕਿਸ਼ਤੀਆਂ ਫੋਟਾਬਾਸ ਉਹ ਵੱਡੇ ਵੱਡੇ ਸ਼ਹਿਰਾਂ ਜੋ ਮਾਲਕੀਆਂ ਸੀ ਸਿੱਖਾਂ ਦੀਆਂ ਉਹਨਾਂ ਉਦੋਂ ਲੁੱਟੀਆਂ ਕਿਹਨਾਂ ਨੇ ਲਾਲੇ ਕਿਹਾ ਨੇ ਲਾਲੇ ਬਖਸ਼ੂ ਕਿਹਾ ਨੇ ਦੁਕਾਨਾਂ ਨੂੰ ਜੰਦੇ ਲਾ ਕੇ ਇਹ ਕਿਹੜੇ ਪਿੰਡ ਦੇ ਸੀਗੇ ਕਿ ਸ਼ਹਿਰ ਦੇ ਸੀ ਕਿਸੇ ਦੇ ਨਹੀਂ ਇਹ ਪਿੰਡ ਦੇ ਸੀ ਕਿ ਪਿੰਡ ਯਾਦ ਹੈ ਇਹਨਾਂ ਦਾ ਕਿਹੜਾ ਸੀ 23-24 23-24 ਅੱਛਾ ਜਿਹੜਾ ਉਹ 7 ਫੁੱਟਾ ਜਵਾਨ ਤੁਸੀਂ ਦੱਸਦੇ ਸੀ ਵਰਸ਼ਾ ਅਤੇ ਫੁੰਮਣ ਬੰਨ ਕੇ ਫਿਰਦਾ ਸੀ ਉਹਦਾ ਨਾਂ ਯਾਦ ਹੈ ਨਹੀਂ 72 ਚੱਕਦਾ ਸੀ ਹਾਂ 72 ਚੱਕਦਾ 72 3R ਨਹੀਂ 72 ਮਰਾਦ ਦਾ ਉਹ 72 ਮਰਾਦ ਦਾ ਸੀ ਹਾਂਜੀ ਉਹ ਹੈ ਕੌਣ ਸੀ ਮੁਸਲਮਾਨਾਂ 'ਚੋਂ ਕਿਹੜੇ ਖਾਨਦਾਨ 'ਚੋਂ ਸੀ ਇਹ ਅੱਲਾ ਜਾਣ ਜੱਟ ਸੀ ਰਾਈ ਸੀ ਨਹੀਂ ਜੀ ਇਹ ਨਹੀਂ ਕਹਿ ਸਕਦੇ ਵੀ ਜੱਟ ਸੀ ਜਾਂ ਰਾਈ ਸੀ ਅੱਛਾ ਜਾਣੇ ਅੰਦਾਜ਼ਾ ਉਹਦੀ ਬੋਲੀ ਦਾ ਉਹਦੇ ਲਿਬਾਸ ਦਾ ਮਲੂਮ ਹੁੰਦਾ ਸੀ ਵੀ ਸੀ ਜਲੰਧਰੀ ਹੈ ਜੋ ਜਲੰਧਰੀਏ ਤਾਂ ਕਹਿੰਦੇ ਬੜੇ ਅਮਨ ਪਸੰਦ ਲੋਕ ਹੁੰਦੇ ਆ ਬੜੇ ਪਿਆਰ ਵਾਲੇ ਲੋਕ ਹੁੰਦੇ ਇੱਦਾਂ ਦਾ ਉਹ ਬੰਦਾ ਕਿੱਥੋਂ ਆ ਗਿਆ ਇੱਦਾਂ ਦਾ ਬੰਦਾ ਆ ਜਾ ਜੇ ਨਾ ਜਦ ਸਾਡੇ ਹੁਣ ਮੁਸਲਮਾਨ ਭਰਾ ਜਿਹੜੇ ਸਾਡੇ ਹੁਣ ਦੁਸ਼ਮਣ ਕਤਲ ਕਰਨ ਹੁਣ ਦੂਸਰੇ ਪਿੰਡ ਜਿਹੜੇ ਅਮਨ ਨਾਲ ਬੈਠੇ ਹੁਣ ਤਲਾਹਾਂ ਦੇਣੀਆਂ ਵੀ ਜਿਹੜਾ ਕੋਈ ਸਿੱਖੜਾ ਹੈਗਾ ਤੁਸੀਂ ਵੀ ਕੋਈ ਭੰਨ ਛੱਟ ਕਰੋ ਇਹਦਾ ਹੁਣ ਮਤਲਬ ਚਾਚਾ ਜੀ ਗੱਲ ਤਾਂ ਇਹ ਹੈ ਵੀ ਜੇ ਉੱਧਰ ਇੱਦਾਂ ਦਾ ਕੰਮ ਹੋਇਆ ਠੀਕ ਹੈ ਨਾ ਜੀ ਜਲੰਧਰ ਹੁਸ਼ਿਆਰਪੁਰ ਗੁਰਦਾਸਪੁਰ ਅੰਮ੍ਰਿਤਸਰ ਅਤੇ ਜਿਹੜੇ ਇੱਧਰ ਜਿਹਨਾਂ ਨੂੰ ਅਸੀਂ ਉਹਦੇ ਬਦਲੇ 'ਚ ਮਾਰਨਾ ਉਹ ਤਾਂ ਬੜੇ ਬੇਗਨਾਹ ਕਿਸਮ ਦੇ ਬੱਚੇ ਮਾਵਾਂ ਦੂਸਰੇ ਕਾਹਦੇ ਰਹਿ ਗਏ ਨਹੀਂ ਉਹਨਾਂ ਦਾ ਕਸੂਰ ਤਾਂ ਕੋਈ ਨਹੀਂ ਜਾਤੀਆਂ ਭੈਣਾਂ ਉਹਨਾਂ ਇੱਟਾਂ ਲੁੱਟੀਆਂ ਖੂਹਾਂ ਛਾਲਾਂ ਮਾਰੀਆਂ ਜ਼ਹਿਰਾਂ ਪਾਈਆਂ ਸਾਡੇ ਮੁਸਲਮਾਨ ਰਿਸ਼ਤੇਦਾਰ ਸਾਰੇ ਜਦੋਂ ਵੱਡੇ ਆ ਸਾਰੀਆਂ ਚੰਗੀਆਂ ਦਿੱਤੀਆਂ ਤਾਂ ਇੱਧਰ ਮੁਸਲਮਾਨ ਨਹੀਂ ਦੇ ਸਕਦੇ ਨਹੀਂ ਹੁਣ ਫਰਜ਼ ਕਰੋ ਵੀ ਸਾਡਾ ਕੋਈ ਮੁੰਡਾ ਜਾ ਕੇ ਕੋਈ ਜੱਟਾਂ ਦਾ ਜਾਂ ਗੁਜਰਾਂ ਦਾ ਕਿਸੇ ਨੂੰ ਤੁਹਾਡਾ ਰਾਈਆਂ ਦਾ ਕਤਲ ਕਰਿਆ ਹੋਵੇ ਅਤੇ ਫਿਰ ਉਹ ਜਿਹੜੇ ਜਿਹਨਾਂ ਦਾ ਕਤਲ ਕੀਤਾ ਹੋਵੇ ਉਹ ਆਉਣ ਉਹ ਆ ਕੇ ਸਾਡੇ ਬੱਚਿਆਂ ਨੂੰ ਕਤਲ ਕਰਨ ਲੱਗ ਪੈਣ ਇਹ ਇਨਸਾਫ਼ ਹੈ ਅਤੇ ਹੋਰ ਇਹ ਕੀ ਅਸੀਂ ਕਤਲ ਕਰਨ ਦੇਵਾਂਗੇ ਅਸੀਂ ਖੁਸ਼ ਹੋਵਾਂਗੇ ਉੱਥੇ ਕਿਉਂ ਸਾਡਾ ਤਾਂ ਸਾਨੂੰ ਦੁੱਖ ਨਹੀਂ ਹੋਊਗਾ ਦੇਖਣ ਵਾਲਿਆਂ ਨੂੰ ਵੀ ਯਾਰ ਇਹ ਤਾਂ ਬੇਗਨਾਹ ਹੀ ਮਾਰੇ ਗਏ ਕਸੂਰ ਤਾਂ ਉਹਨਾਂ ਦਾ ਸੀ ਜਿਹਨਾਂ ਨੇ ਮਾਰਿਆ ਮੈਂ ਮੇਰਾ ਮਤਲਬ ਇਹ ਹੈ ਗੱਲ ਕਰਨ ਦਾ ਇਹ ਹੈ ਤਾਂ ਬੇਇਨਸਾਫੀ ਹੈ ਨਾ ਹੁਣ ਦੇਖ ਲਓ ਵੀ ਇਹ ਚਲੋ ਅੱਗੇ ਹੁਣ ਫਿਰ ਕੋਈ ਹੋਰ ਵਾਕਿਆ ਗੱਲਬਾਤ ਕਿੱਦਾਂ ਕਿੱਦਾਂ ਹੋਈ ਬਸ ਹੋਰ ਤਾਂ ਕੋਈ ਨਹੀਂ ਬਚਪਨ ਨਹੀਂ ਚੇਤਾ ਹਾਂ ਹਾਂ ਤੁਹਾਡੇ ਪਿੰਡ ਵਾਲੇ ਵੀ ਕੋਈ ਗਏ ਆ ਕਿਸੇ ਜਥੇ ਦੇ ਨਾਲ ਪਿੰਡ ਵਾਲੇ ਜਥੇ ਦੇ ਨਾਲ ਗਏ ਅੱਛਾ ਕਿ ਉਹ ਰਾਈਆਂ 'ਚੋਂ ਵੀ ਜਾਂਦੇ ਸੀਗੇ ਰਾਈ ਵੀ ਆਏ ਜੱਟ ਵੀ ਗਏ ਸਾਂਭਲ ਵੀ ਗਏ ਸਾਂਭਲ ਕੌਣ ਖੋਖਰ ਚੱਖੜ ਉਹ ਵੀ ਗਏ ਉਹ ਵੀ ਗਏ ਅੱਛਾ ਇਹ ਕੋਈ ਯਾਦ ਹੈ ਇਹਨਾਂ ਨੇ ਕਿਹੜੇ ਪਿੰਡ 'ਚ ਜਾ ਕੇ ਫਿਰ ਸ਼ਮੂਲੀਅਤ ਕੀਤੀ ਉਸ ਜਥੇ 'ਚ ਕਿਹੜਾ ਪਿੰਡ ਨੇੜੇ ਸੀ ਜਿਹਦੇ 'ਤੇ ਗਏ ਇਹ ਪੰਜੀ ਚੱਕ ਲਾ ਕੇ ਸੀ ਪੰਜੀ ਨੂੰ ਪਏ ਇਹ ਪੰਜੀ ਚੱਕ ਨੂੰ ਅੱਛਾ ਅੱਛਾ ਪੰਜੀ 'ਚ ਨੇੜੇ ਸੀ ਤੁਹਾਡੇ ਪੰਜੀ 4 ਕਿਲੋਮੀਟਰ 4 ਕਿਲੋਮੀਟਰ ਸੀ ਉੱਥੇ ਹੈਗੇ ਸੀ ਹਿੰਦੂ ਜਾਂ ਸਿੱਖ ਹੈਗੇ ਮਾਲਕ ਸੀ ਚੰਗੇ ਤਕੜੇ ਨਹੀਂ ਪੂਰੇ ਜਾਏ ਸੀ ਉਹਦਾ ਵਰਬਾ ਹਾਂ 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 ਅਤੇ ਫਿਰ ਇਹਨਾਂ ਨੇ ਲੁੱਟਿਆ ਉਹਨਾਂ ਨੂੰ ਲੁੱਟਣਾ ਕਾਹਦਾ ਸੀ ਵੀ ਉਹਨਾਂ ਆਪੋ ਆਪਣਾ ਬੰਨ ਕੇ ਰਾਤਾਂ ਦਿੰਦੇ ਸੀ ਵੀ ਲਾ ਲੈ ਕੇ ਵੱਢੀ ਲੈਣ ਲੱਗ ਪਿਆ ਰਾਤ ਬਰਾਤੇ ਜਾ ਕੇ ਉਹਨਾਂ ਦੀ ਪਨਾਹ ਲੈਣੀ ਨਿਕਲ ਕੱਢ ਕੁੱਟ ਦਿੱਤੇ ਬਾਰਡਰ ਤੋਂ ਪਰੇ ਬੀਕਾਨੇਰ ਨੂੰ ਅੱਛਾ ਇਹ ਵੀ ਹੋ ਸਕਦਾ ਵੀ ਵੱਢੀ ਨਾ ਲਈ ਹੋਵੇ ਉੱਦਾਂ ਹੀ ਉਹ ਬੰਦੇ ਚੰਗੇ ਹੋਣ ਉਹਨਾਂ ਨੇ ਕਿਹਾ ਹੋਵੇ ਚੱਲ ਯਾਰ ਜਾ ਲੈਂਦੇ ਹੋ ਮੈਂ ਤੁਹਾਨੂੰ ਮਿਸਾਲ ਦਿੰਦਾ ਨਾ ਚਾਚਾ ਜੀ ਆਹ ਜਿੱਥੇ ਫਤਿਹਪੁਰ ਅਸੀਂ ਬੈਠੇ ਹਾਂ ਇੱਥੇ ਹਿੰਦੂ ਰਹਿੰਦੇ ਸੀਗੇ ਉਹ ਸੁਨਿਆਰੇ ਸੀ ਕੁਛ ਉੱਦਾਂ ਵੀ ਕਾਰੋਬਾਰੀ ਬੰਦੇ ਸੀ ਤਕੜੇ ਬੰਦੇ ਸੀ ਦੋ ਤਿੰਨ ਕੌਮਾਂ ਦੇ ਰਿਓੜੀ ਸੀ ਸੁਨਿਆਰੇ ਸੀਗੇ ਆਪਣੇ ਹੋਰ ਵੀ ਸੀਗੇ ਹੈਂ ਉਹ ਜਦੋਂ ਇੱਥੋਂ ਜਾਣ ਲੱਗੇ ਨਾ ਅਤੇ ਲੋਕਾਂ ਨੇ ਆਲੇ ਦੁਆਲੇ ਲੁੱਟਣਾ ਚਾਹਿਆ ਅਤੇ ਆ ਪੀਰ ਛੱਤਰ ਵਾਲੇ ਜਿਹੜੇ ਸੱਯਦ ਹੈ ਇਹਨਾਂ ਨੇ ਉਹਨਾਂ ਦੀ ਹਿਫਾਜ਼ਤ ਕੀਤੀ ਉਹਨਾਂ ਨੂੰ ਇੱਥੋਂ ਜਾਣ 'ਚ ਮਦਦ ਕੀਤੀ ਸਗੋਂ ਇੱਕ ਬੰਦਾ ਜਿਹੜਾ ਸੀ ਉਹ ਊਠ ਅਤੇ ਉਹਦਾ ਸਮਾਨ ਖਿਚਾਵਾ ਲੈ ਕੇ ਇੱਥੋਂ ਦੌੜ ਗਿਆ ਸੀਗਾ ਜਿਹੜਾ ਉਹਨਾਂ ਦੇ ਤਿਆਰ ਕੀਤਾ ਸੀ ਉਹਨਾਂ ਨੇ ਸਮਾਨ ਸਮੇਤ ਲੈ ਕੇ ਦੌੜ ਗਿਆ ਉਹਨਾਂ ਨੇ ਉਹ ਬੰਦਾ ਲੱਭ ਕੇ ਲਿਆ ਕੇ ਅਤੇ ਦੁਬਾਰਾ ਉਹਨਾਂ ਦੇ ਅੱਗੇ ਲਾਇਆ ਅਤੇ ਉਹ ਕਰੋੜ ਛੱਡ ਕੇ ਆਏ ਉਹਨਾਂ ਨੂੰ ਹਿਫਾਜ਼ਤ ਨਾਲ ਰੇਲਵੇ ਸਟੇਸ਼ਨ 'ਤੇ ਚੜ੍ਹਾ ਕੇ ਆਏ ਅਤੇ ਇੱਦਾਂ ਦੇ ਖੁਦਾ ਦੇ ਬੰਦੇ ਵੀ ਮੌਜੂਦ ਸੀ ਉਦੋਂ ਔਰ ਉਹ ਦੱਸਦੇ ਆ ਹਿੰਦੂ ਉਹਨਾਂ ਦੀਆਂ ਗੱਲਾਂ ਬਾਤਾਂ ਹੋਈਆਂ ਉਹ ਕਹਿੰਦੇ ਵੀ ਕੋਈ ਸਾਡੇ ਤੋਂ ਪੈਸਾ ਨਹੀਂ ਲਿਆ ਕੋਈ ਸਾਡੇ ਨਾਲ ਵਾਧਾ ਘਾਟਾ ਨਹੀਂ ਹੋਣ ਦਿੱਤਾ ਇਹਨਾਂ ਨੇ ਇੱਦਾਂ ਦੇ ਲੋਕ ਵੀ ਸੀਗੇ ਅਤੇ ਤੁਹਾਨੂੰ ਤੁਹਾਡਾ ਬਚਪਨ 'ਚ ਕੋਈ ਹਿੰਦੂ ਸਿੱਖ ਕੋਈ ਬੇਲੀ ਕੋਈ ਨਿੱਕਾ ਹੁੰਦਾ ਬੱਚਾ ਕਦੀ ਕਿਸੇ ਨਾਲ ਖੇਲੇ ਹੋਵੋ ਕੋਈ ਨਾਲ ਦੇ ਪਿੰਡ 'ਚ ਆਇਆ ਗਿਆ ਹੋਵੇ ਬਚਪਨ ਦੀ ਉਮਰ ਸੀ 14-14 ਸਾਲ ਦੀ ਸਾਰੀ ਹਾਂ 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 ਐਡੀ ਉਹ ਸਮਾਲ ਕੋਈ ਨਹੀਂ ਸੀ ਸਕੂਲ ਹੈਗਾ ਸੀ ਪਿੰਡ 'ਚ ਹੈਗਾ ਪਿੰਡ 'ਚ ਹਾਂ ਮਾਸਟਰਾਂ ਦੇ ਨਾਂ ਯਾਦ ਮਾਸਟਰ ਕੌਣ ਕੌਣ ਪੜ੍ਹਾਉਂਦੇ ਸੀ ਉੱਥੇ ਮਾਸਟਰ ਹਸ਼ਮਤ ਸੀ ਹਸ਼ਮਤ
ਉਹ ਕਿਹੜੇ ਪਿੰਡ ਦਾ ਸੀ? ਉਹ 44 ਚੱਕ ਥਲੀਆ ਨਹਿਰ ਦਾ। ਅੱਛਾ, ਮੇਰੇ ਰਿਸ਼ਤੇਦਾਰ ਭੈਣ ਭਰਾ ਉੱਥੇ ਬੈਠੇ, ਮੈਨੂੰ ਹਜੇ ਵੀ ਨਾਂ ਯਾਦ ਆ ਉਹਨਾਂ ਦੇ ਪੁੱਤਾਂ ਦੇ ਵੀ। ਹੋਰ ਕੋਈ ਮਾਸਟਰ, ਇੱਕ ਅੱਧਾ ਹੋਰ ਕੋਈ ਹੋਵੇ ਮਾਸਟਰ? ਵਲੀ ਮਹਿਮਦ ਮਾਸਟਰ। ਅੱਛਾ, ਇਸਮੇਲ 38 ਚੱਕ ਦਾ ਮਾਸਟਰ। 38 ਚ ਵਲੀ ਮਾਸਟਰ ਆ ਬਈ, ਸ਼ਰੀਫ ਉਹਨਾਂ ਦਾ ਭਰਾ। ਅੱਛਾ, ਇਹ ਜਿਹੜਾ ਤੁਹਾਡਾ ਪਿੰਡ ਸੀ, ਇੱਥੇ ਫਿਰ ਕਿਉਂਕਿ ਸਕੂਲ ਤਾਂ ਕਿਤੇ ਕਿਤੇ ਪਿੰਡ 'ਚ ਹੁੰਦੇ ਸੀ ਨਾ, ਸਾਰਿਆਂ 'ਚ ਨਹੀਂ ਸੀ, ਫਿਰ ਦੂਏ ਪਿੰਡਾਂ 'ਚੋਂ 25-23-24 ਇੱਥੋਂ ਵੀ ਆ ਕੇ ਬੱਚੇ ਪੜ੍ਹਦੇ ਹੋਣੇ? ਆ ਪੜ੍ਹਦੇ ਹੁਣ 7-7 ਮਹੀਨਿਆਂ ਤੋਂ ਬੱਚੇ ਆ ਕੇ 5ਵੀਂ 6ਵੀਂ 'ਚ ਪੜ੍ਹਦੇ ਸੀ। 43R ਹਾਂਜੀ ਤੁਹਾਡਾ ਪਿੰਡ ਸੀ। ਹਾਂਜੀ, ਉੱਥੇ ਮਾਸਟਰ ਹਸ਼ਮਤ ਅਤੇ ਮਾਸਟਰ ਇਸਮਾਇਲ, ਮਾਸਟਰ ਵਲੀ ਮੁਹੰਮਦ ਇਸਮਾਇਲ ਵੀ। ਇਸਮਾਇਲ ਕਿੱਥੋਂ ਦਾ ਸੀ? 45 ਦਾ। ਇਹ 43R ਦਾ ਸੀ ਇਹ ਮਾਸਟਰ। ਠੀਕ, ਨੰਬਰਦਾਰ ਕੌਣ ਸੀ ਪਿੰਡ ਦਾ? ਨੰਬਰਦਾਰ ਨੂਰ ਮੁਹੰਮਦ ਰਾਏ ਆਲ ਦਾ ਸੀ, ਪਿੱਛੋਂ ਜਲੰਧਰੀਆ। ਨੂਰ ਮੁਹੰਮਦ ਰਾਏ ਆਲ ਦਾ ਜਲੰਧਰੀਆ, ਇਹ ਨੰਬਰਦਾਰ ਸੀ? ਇਹ ਨੰਬਰਦਾਰ। ਪਿੰਡ 'ਚ ਰਾਏ ਸੀ ਬਹੁਤ? ਨਹੀਂ, ਜੱਟ ਵੀ ਆ। ਜੱਟ ਕਿੱਥੋਂ ਦਾ ਸੀ? ਉਹ ਵੀ ਪਿੱਛੇ ਜੱਟ ਹੁਸ਼ਿਆਰਪੁਰ ਦੇ। ਜੱਟ ਹੁਸ਼ਿਆਰਪੁਰ ਹੀ ਸੀ? ਹਾਂਜੀ। ਅੱਛਾ ਅੱਛਾ, ਬਸ ਦੁਆਬੇ ਦਾ ਹੀ ਸੀ ਸਾਰੇ। ਜਲੰਧਰ ਹੁਸ਼ਿਆਰਪੁਰ ਨੂੰ ਦੁਆਬਾ ਕਹਿੰਦੇ ਆ। ਠੀਕ ਹੈ, ਫਿਰ ਯਾਨੀ ਤੁਹਾਡੇ ਪਿੰਡ ਦੇ ਬੰਦੇ ਜਾਂਦੇ ਰਹੇ ਹੈਂ ਸਵਾਬ ਕਮਾਉਣ ਲਈ, ਕੋਈ ਹਿੰਦੂਆਂ ਸਿੱਖਾਂ ਨੂੰ ਮਾਰੋ? ਗੱਲ ਬਹੁਤ ਮਾੜੀ ਹੈ, ਉੱਦਾਂ ਕਰਦੇ ਤਾਂ ਅਸੀਂ ਪਏ ਹਾਂ। ਹਾਂ, ਗੱਲ ਹੈ ਨਮੋਸ਼ੀ ਵਾਲੀ। ਅੱਛਾ ਚਲੋ, ਹੈ ਤਾਂ ਸੱਚ, ਜੋ ਵੀ ਹੋਇਆ ਹੁਣ ਉਹ ਤਾਂ ਬਿਆਨ ਕਰਨਾ ਚਾਹੀਦਾ ਹੈਂ। ਅਤੇ ਉਹ ਮਾਸਟਰ 3 ਸੀਗੇ ਪਿੰਡ ਦੇ ਜਿਹੜੇ, ਇਹ ਫਿਰ ਹਿੰਦੂ ਸਿੱਖ ਦੇ ਸਿੱਖਾਂ ਦੇ ਨਿਆਣੇ ਵੀ ਤਾਂ ਆ ਕੇ ਪੜ੍ਹਦੇ ਹੋਣੇ ਨਾ ਉੱਥੇ? ਪੜ੍ਹਦੇ ਹੀ ਹੋਣਗੇ। ਤੁਸੀਂ ਨਹੀਂ ਕਦੀ ਸਕੂਲੇ ਗਏ? ਨਹੀਂ, ਮਤਲਬ ਤੁਸੀਂ ਰਾਈ ਹੋ ਕੇ ਵੀ ਸਕੂਲੇ ਨਹੀਂ ਗਏ? ਸਕੂਲੇ ਨਹੀਂ ਗਏ। ਕਹਿੰਦੇ ਰਾਈ ਤਾਂ ਜਲੰਧਰ ਦੇ ਰਾਈ ਦੇ ਬਹੁਤ ਪੜ੍ਹਾਉਣ ਨੂੰ ਹੁਸ਼ਿਆਰ ਹੁੰਦੇ ਕਹਿੰਦੇ, ਬਾਹਰ ਨੂੰ ਆ ਜਾਈਏ ਜਿਵੇਂ ਪੱਠੇ ਪੜ੍ਹਨੇ ਆ। ਅੱਛਾ, ਲਾਏ ਮਰਬੇ ਨੂੰ। ਅੱਛਾ, ਨਹੀਂ ਫਿਰ ਪੜ੍ਹ ਸਕੇ, ਸਕੂਲਾਂ 'ਚ ਘੱਟ ਵੀ ਜਾਂਦੇ ਸੀ। ਹਾਂ ਹਾਂ, ਅਤੇ ਤੁਹਾਡੇ ਵਾਲਦ ਸਾਹਿਬ ਉਹ ਤਾਂ ਜਾਂਦੇ ਆਉਂਦੇ ਰਹਿੰਦੇ ਹੋਣੇ ਆ ਫਿਰ ਉੱਥੇ ਪਿੰਡ ਤੁਹਾਡੇ 'ਚ ਜਿਹੜੇ ਜੀ? ਇਹ ਜਲੰਧਰ ਵਾਲਾ ਪਿੰਡ ਕਿਹੜਾ? ਉੱਗੀ। ਉੱਗੀ 'ਚ ਜਾਂਦੇ ਆਉਂਦੇ ਰਹਿੰਦੇ ਹੋਣੇ? ਆਹੋ, ਤੁਸੀਂ ਦੱਸਿਆ ਵੀ ਮੈਂ ਤਾਂ ਮਾਂ ਦਾ ਸੀਰ ਪੈਂਦਾ, 2 ਸਾਲ ਦਾ ਹੂੰ ਜਦੋਂ ਗਿਆ। ਹਾਂ ਹਾਂ, ਅਤੇ ਅੱਗੇ ਰਕਬੇ ਹੈਗੇ ਸੀ ਨਾ ਪਿੱਛੇ, ਪਿੱਛੇ ਜ਼ਮੀਨ ਹੈ ਸੀ ਹਜੇ। ਹਾਂਜੀ। ਅੱਛਾ, ਉਹਦਾ ਸਾਲ ਵਿੱਚੋਂ ਠੇਕਾ ਠੂਕਾ ਲੈਣ ਜਾਣਾ, ਸਾਲ 6 ਮਹੀਨੇ ਬਰਾਦਰੀ ਸ਼ਰੀਕੇ ਤਾਏ ਚਾਚੇ ਉੱਧਰ ਬੈਠੇ ਜੀ, ਜਾਂਦੇ ਆਉਂਦੇ ਰਹੇ। ਤੁਹਾਡੇ ਹੋਰ ਉੱਥੇ ਰਿਸ਼ਤੇਦਾਰ ਕਿਹੜੇ ਕਿਹੜੇ ਪਿੰਡਾਂ 'ਚ ਸੀਗੇ ਉੱਗੀ ਦੇ ਨਾਲ ਨਾਲ, ਕੋਈ ਯਾਦ ਹੈ? ਕੋਈ ਨਹੀਂ। ਨਾਨਕੇ ਤੁਸੀਂ ਦੱਸਿਆ ਪਿੰਡ ਸਗਾ ਜਗਰਾਲ, ਉੱਥੇ ਦੇ ਸੀ। ਅੱਛਾ, ਇਹ ਦੱਸੋ ਵੀ ਜਦੋਂ ਉੱਗੀ ਵਾਲੇ ਉੱਥੋਂ ਉੱਠ ਕੇ ਆਏ ਹੈ ਤੁਹਾਡਾ ਸ਼ਰੀਕਾ, ਉਹਨਾਂ ਨਾਲ ਕੀ ਬੀਤੀ? ਅੱਲਾ ਜਾਣਦਾ। ਨਹੀਂ, ਸੁਣਿਆ ਤਾਂ ਹੋਣਾ ਤੁਹਾਡੇ ਰਿਸ਼ਤੇਦਾਰ ਸੀ ਵੀ ਉਹ ਠੀਕ ਆਏ ਆ ਜਾਂ ਉਹਨਾਂ ਨਾਲ ਵੱਢ ਵਟਾਂਗਾ ਹੋਇਆ? ਕੋਈ ਵੱਢ ਵਟਾਂਗਾ ਹੋਇਆ ਇਹ? ਮਤਲਬ ਤੁਹਾਨੂੰ ਦੱਸਿਆ ਨਹੀਂ ਕਿਸੇ ਨੇ ਵੀ ਉੱਧਰੋਂ ਆਏ ਤੇ? ਸਾਡੇ ਵਡੇਰੇ ਜਿਹੜੇ ਸੀ ਨਾ, 2 ਭਾਈ ਸੀ। ਅੱਛਾ, ਨਾ ਕੋਈ ਸਾਡੀ ਫੁੱਫੀ ਸੀ, ਦਾਦਾ ਦਾਦੀ ਵੀ ਉੱਧਰ ਹੀ, ਕੋਈ ਬੁੜੇ ਦੱਸਦੇ ਵੀ ਪਲੇਗ ਦੀ ਬਿਮਾਰੀ ਪਈ ਸੀ, ਪਲੇਗ ਦੀ। ਅੱਛਾ, 20-20 10-10 ਜਨਾਜ਼ੇ ਇਕੱਠੇ ਇੱਕ ਥਾਂ ਕਰਕੇ ਪੜ੍ਹਨੇ। ਠੀਕ ਆ, ਬੜੀ ਸਾਰੀ ਬਿਮਾਰੀ ਦੇ ਮਾਰੇ ਫਿਰ ਨਾ ਇਹ। ਹਾਂ, ਬਾਪ ਮੇਰਾ ਦੱਸਦਾ ਸੀ ਵੀ ਮੈਂ ਬਾਪ ਤੋਂ 3 ਮਹੀਨੇ ਫੌਤ ਹੋਏ ਤਾਂ ਵਫਾਤ ਪਾਈ ਤੋਂ ਮਗਰੋਂ ਪੈਦਾਇਸ਼ ਹੋਈ ਮੇਰੀ। ਹਾਂ ਹਾਂ, 3 ਮਹੀਨੇ ਮਾਂ ਦਾ ਸੀਰ ਪੀਤਾ ਅਤੇ ਸਾਡੀ ਮਾਈ ਵੀ ਫੌਤ ਹੋ ਗਈ। ਹਾਂ ਹਾਂ, ਫਿਰ ਸਾਡੀ ਮਾਸੀ ਸੀ ਬਾਪ ਉਹਨਾਂ ਦੀ, ਉਹਨੇ ਪਾਲੇ ਪੂਲੇ। ਅੱਛਾ ਅੱਛਾ, ਬੱਚਾ ਸੀ ਉਹਦੇ ਕੋਲ ਵੀ। ਹਾਂ ਹਾਂ, ਸਾਡਾ ਵਾਰਸ ਕੋਈ ਨਾ ਬਣੇ ਤਰੀਕੇ ਦੇ ਵਿੱਚ। ਅੱਛਾ, ਉਹ ਫਿਰ ਮਾਸੜ ਕਹਿਣ ਲੱਗਾ ਵੀ ਇਹ ਇੱਕ ਯਤੀਮ ਹੁੰਦੇ ਆ, ਇੱਕ ਇਹ ਮਸਕੀਨ ਹੋ ਗਿਆ ਬੱਚੇ ਦੋਨੋਂ। ਹਾਂ ਹਾਂ, ਵੀ ਤੂੰ ਅੱਲਾ ਨੂੰ ਯਾਦ ਕਰਕੇ ਚੱਕ ਲੈ ਇਹਨਾਂ ਨੂੰ, ਇੱਕ ਸੀਰ ਆਪਣੇ ਬੱਚੇ ਨੂੰ ਦੇ ਅਤੇ ਇੱਕ ਇਹਨੂੰ ਦੇ। ਠੀਕ। ਉਹ ਮੀਆਂ ਦਾਦਾ ਸਾਡੇ ਤਾਏ ਚਾਚੇ ਜਿਹੜੇ ਸ਼ਰੀਕਾ ਸੀ ਉਹ ਦੱਸਦੇ ਵੀ ਇੱਕ ਵੱਧ ਸੀ ਸਾਡੇ ਮਾਂ ਪਿਓ ਕੋਲ। ਹਾਂ, ਉਹ ਵੱਧ ਵੀ ਮਾਸੀ ਖੋਲ੍ਹ ਕੇ ਲੈ ਗਈ। ਅੱਛਾ, ਸਾਨੂੰ ਆ ਜਿਵੇਂ ਚੂੜੀਆਂ ਵੇਚਣ ਵਾਲੀਆਂ ਪਟਾਰੀਆਂ ਹੁੰਦੀਆਂ ਨਾ ਚੂੜੀਆਂ ਵਿੱਚ ਪਾਈਆਂ, ਮੈਨੂੰ ਉਸ ਪਾ ਕੇ ਸਿਰ 'ਤੇ ਰੱਖ ਲਿਆ, ਉਹ ਲੈ ਗਈ। ਹਾਂ ਹਾਂ, 12-14 ਸਾਲ ਸਾਡੀ ਉਹਨਾਂ ਪਰਵਰਿਸ਼ ਕੀਤੀ। ਉਹ ਪਿੰਡ ਦਾ ਪਤਾ ਕਿੱਥੇ ਸੀ ਮਾਸੀ ਤੁਹਾਡੀ ਰਹਿੰਦੀ, ਕਿੱਥੇ ਤੁਹਾਡੇ ਲੈ ਕੇ ਗਏ ਇਹਨਾਂ ਨੂੰ? ਪਿੰਡ ਦਾ ਇਸਦਾ ਖੀਵਾ। ਹੈਂ? ਇਸਦਾ ਖੀਵਾ। ਇਸਦਾ ਖੀਵਾ, ਇਹ ਵੀ ਜਲੰਧਰ 'ਚ ਸੀ? ਇਹ ਵੀ ਜਲੰਧਰ ਸੀ। ਅੱਛਾ 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 ਅੱਛਾ, ਠੀਕ ਆ। ਫਿਰ ਜਦੋਂ ਚੰਗੇ ਪਰਵਰਿਸ਼ ਹੋ ਗਏ ਤਾਂ ਮਾਸੜ ਨੇ ਸਾਨੂੰ ਨਾ, ਹਾਂ, ਇੱਕ ਨੂੰ ਖੂਹ ਦੀ ਗਾਜੀ ਬੁਣੀ ਹੋਣੀ। ਅੱਛਾ, ਜਿਵੇਂ ਖਰਾਸ ਦੀ ਹੁੰਦੀ ਆ। ਹਾਂ ਹਾਂ, ਉਹਦੇ ਉੱਤੇ ਪਾ ਦੇਣਾ ਅਤੇ ਛੋਟੀ ਦੇਣੀ ਵੀ ਟੱਗੇ ਹੱਕੀ ਜਾ। ਹਾਂ ਹਾਂ, ਇੱਕ ਨੂੰ ਐਨੇ ਨੇ ਕਿਆਰੇ ਬਣਾਏ ਹੋਣੇ ਖੂਹ ਦੇ, ਕਹਿਣਾ ਵੀ ਤੂੰ ਕਿਆਰਾ ਮੋੜੀ ਜਾ। ਹਾਂ ਹਾਂ ਹਾਂ, ਉਹ 2-3 ਸਾਲ ਜਦੋਂ ਅਸੀਂ ਨੰਗੇ ਪਰਵਰਿਸ਼ ਹੋ ਕੇ, ਹਾਂ, ਫਿਰ ਸਾਨੂੰ ਕਹਿੰਦਾ ਮੁੰਡਿਓ
ਹੁਣ ਤੁਸੀਂ ਆਪਣਾ ਟੋਕ ਕਮਾਉਣ ਜੋਗੇ ਹੋ ਗਏ ਜੀ। ਹਾਂ ਹਾਂ, ਹੁਣ ਤੁਹਾਨੂੰ ਮੈਂ ਤੁਹਾਡੀ ਜ਼ਮੀਨ 'ਤੇ ਛੱਡਿਆ ਵਾਂ। ਹਾਂ ਹਾਂ ਹਾਂ, ਫਿਰ ਸਾਨੂੰ ਲੈ ਕੇ ਤੁਰ ਪਿਆ। ਅੱਛਾ, ਖੂਹ ਸੀ ਇਹੇ ਮੀਆਂ ਦੱਸਦਾ ਵੇਲਾ ਜਦੋਂ ਸ਼ਰੀਕਾਂ ਦਾ ਨਾਲ ਸਾਂਝਾ। ਅੱਛਾ, ਜਾਣਾ ਤਿੰਨ ਚਾਰ ਭਾਈਵਾਲ ਸੀ। ਹਾਂ ਹਾਂ, ਚੌਥੀ ਦਿਹਾੜੀ ਸਾਨੂੰ ਆਇਆ ਕਰੇ। ਅੱਛਾ ਅੱਛਾ, ਸਾਨੂੰ 70 ਰੁਪਈਆਂ ਦਾ ਝੋਟਾ ਲੈ ਕੇ ਦਿੱਤਾ। ਹਾਂ ਹਾਂ, ਅਤੇ 9 ਰੁਪਈਆਂ ਦਾ ਇੱਕ ਢੱਗਾ ਲੈ ਕੇ ਦਿੱਤਾ। ਹਾਂ ਹਾਂ, ਭਜਾਈ ਮੁੰਨਾ ਬਣਾ ਤਾ ਪੋਤਾ, ਵਾਹੀ ਜਾਓ ਖਾਈ ਜਾਓ। ਹਾਂ ਹਾਂ, ਸਾਡੀ ਅਖੇ ਮਾਂ ਦੀ ਚੱਕੀ ਪਈ ਹੋਣੀ। ਹਾਂ ਹਾਂ, ਉਹ ਆਟਾ ਪੀ ਕੇ ਅਸੀਂ ਆਪ ਖਾਣਾ। ਹਾਂ ਹਾਂ, 3-4 ਸਾਲ ਲੰਘਾਏ ਵੀ ਸਾਨੂੰ ਉਹਨੂੰ ਕਹਿਣਾ ਉਹ ਇੱਥੇ ਖੂਹ ਦੀ ਆੜ 'ਤੇ 4 ਵੇਲਾਂ ਤਰ੍ਹਾਂ ਦੀਆਂ ਲਾ ਲਓ। ਅੱਛਾ, ਕੱਦੂਆਂ ਦੀ ਵੇਲ ਲਾ ਲਓ, ਬਤਾਵਾਂ ਦੇ ਬੂਟੇ ਲਾ ਲਓ। ਹਾਂ ਹਾਂ, 2-3 ਹਦਵਾਣਿਆਂ ਦੇ ਬੀਜ ਲਾ ਲਓ। ਹਾਂ ਹਾਂ, ਇੱਕ ਵੇਲੇ ਰੋਟੀ ਨਾ ਪੱਕੂ ਅਤੇ ਆਪਣਾ ਖਾ ਕੇ ਗੁਜ਼ਾਰਾ ਕਰ ਲਈਏ। ਉਹ ਬਾਬਾ ਜਾਂਦਾ ਪਿਆ ਵਾਕਸ ਤੇ ਬੁਲਾਏ। ਅੱਛਾ, ਅਸੀਂ ਆਪਣਾ ਆਪਣਾ ਫਿਰ ਨਾ ਰਿਜ ਕਮਾਉਣ ਲੱਗ ਪਏ। ਜੇ ਦੇਖਿਆ ਵੀ ਜ਼ਿਆਦਾ ਖੂਹ ਚੱਲਦਾ, ਭਾਵੇਂ ਤਕੀਏ ਕਹਿੰਦੇ, ਹੁਣ ਬਾਜ਼ਾਰ ਇਸ ਚੌਂਕ ਕਹਿੰਦੇ, ਉੱਥੇ ਦੇ ਤਕੀਏ ਕਹਿੰਦੇ, ਤਕੀਏ ਕਹਿੰਦੇ ਸੀ ਵੀ ਬੁੜੀਆਂ 20 ਬੈਠੀਆਂ। ਹਾਂ, ਤੂੰ ਨੱਠਾ ਗਿਆ, ਤੂੰ ਕੰਮ ਕਰਦਾ, ਮੱਕੀ ਭੰਨ ਕੇ ਛਲੀਆਂ ਘੇਰੀ ਜਾਣੀਆਂ, ਉਹ ਜਾ ਕੇ ਭੱਠੀ ਚੈਂ ਕਰਕੇ ਛਿੜਨਾ, ਕਹਿਣਾ ਮਾਈ ਮੇਰੇ ਦਾਣੇ ਭੁੰਦੇ। ਹਾਂ ਹਾਂ, ਮੈਂ ਬਾਹਰ ਜਾ ਕੇ ਕੰਮ ਕਰਨਾ। ਇਹ ਵਕਤ ਵੀ ਅਸੀਂ ਦੇਖੇ ਆ, ਚੱਕੀ ਦੇ ਨਾਲ ਅਸੀਂ ਆਟਾ ਪੀ ਪੀ ਕੇ ਭਾਂਡਾ ਭਰ ਲੈਣਾ ਮੈਂ। ਹਾਂ, ਬੜੀ ਨਸੀਬਤ ਦੇਖੀ, ਬੜੀ ਨਸੀਬਤ ਦੇਖੀ। ਵਕਤ ਇੱਦਾਂ ਦਾ ਹੀ ਸੀ, ਵਕਤ ਇੱਦਾਂ ਦਾ ਸੀ। ਫਿਰ ਸਾਡੀ ਮਾਸੀ ਨੇ ਅਤੇ ਮਾਸੜ ਨੇ ਸਲਾਹ ਕੀਤੀ। ਹਾਂ, ਮੈਂ ਤਾਂ ਮਾਸੇ ਦੁੱਧ ਚੁੰਘਿਆ ਆਇਆ ਸੀ। ਹਾਂ, ਫਿਰ ਤੁਹਾਡੇ ਤਾਏ ਨੂੰ ਰਿਸ਼ਤਾ ਦਿੱਤਾ ਹੁਣ ਘਰੋਂ। ਅੱਛਾ ਅੱਛਾ, ਮਾਸੀ ਨੇ ਫਿਰ ਨੇਕੀ ਕੀਤੀ। ਨੇਕੀ ਕੀਤੀ, ਠੀਕ ਹੈ। ਉਹ ਫਿਰ ਵੀ ਰੋਟੀ ਟੁੱਕ ਸਾਡਾ ਚੱਲਦਾ ਰਿਹਾ 2-4 ਸਾਲ। ਤਾਇਆ ਤੁਹਾਡਾ ਵੀ ਇੱਧਰ ਹੀ ਆ ਗਿਆ ਸੀ? 44 ਦੋਨੋਂ ਇਕੱਠੇ ਹੀ ਭਾਈ ਆਏ, ਇਕੱਠੇ ਆਏ, ਇੱਕੋ ਪਿੰਡ 'ਚ ਉੱਥੇ ਵੇਖੇ ਰਹੇ। ਅੱਛਾ, ਮੈਨੂੰ ਉੱਗੀ ਦਾ ਆ ਗਿਆ, ਤੁਹਾਨੂੰ ਪਤਾ ਆਇਆ, ਤੁਸੀਂ ਮਤਲਬ ਸੁਣੀ ਹੋਵੇ ਗੱਲ ਵੀ ਉੱਗੀ 'ਚੋਂ ਅਮਨ ਅਮਾਨ ਨਾਲ ਆ ਗਿਆ ਸੀ ਤੁਹਾਡੇ ਸ਼ਰੀਕੇ ਦੇ ਬੰਦੇ? ਨਹੀਂ। ਹਾਂ, ਵੱਡ ਵਡਾਂਗਾ ਹੋਇਆ ਉਹਨਾਂ ਨੂੰ ਹੋਇਆ। ਹਾਂ, ਬਖਤਾ। ਅੱਛਾ, ਕੋਈ ਜੀ ਰਹਿ ਵੀ ਗਿਆ ਉੱਧਰ, ਕੋਈ ਮਾਈ, ਕੋਈ ਜਨਾਨੀ, ਜਿੱਦਾਂ ਜਨਾਨੀਆਂ ਵੀ? ਨਹੀਂ ਨਹੀਂ ਨਹੀਂ। ਅੱਛਾ, ਜਨਾਨੀ ਆ ਗਿਆ ਉਹਦਾ ਕੰਪਾਂ ਦੇ ਵਿੱਚ ਜਦੋਂ ਤੁਰੇ ਆਉਂਦੇ ਨਾ, ਜਿਵੇਂ ਹੁਣ ਆਪਾਂ ਇੱਥੋਂ ਪੀਰ ਸ਼ਤਨ ਨੂੰ ਜਾਂ ਕਰੋੜ ਨੂੰ ਚੱਲ ਪਈਏ। ਹਾਂ ਹਾਂ, ਫਿਰ ਜਦੋਂ ਜੈਸਾ ਸਿੱਖਾਂ ਦਾ ਪਿਆ ਨਾ। ਹਾਂ, ਉਦੋਂ ਬੰਦੇ ਬੁੜੀਆਂ ਮਾਰੇ ਗਏ, ਬੱਚੇ ਵੀ ਮਾਰੇ ਗਏ। ਅੱਛਾ, ਕਿਹੜੀ ਜਗ੍ਹਾ ਕੋ ਦੱਸਦੇ ਆ ਕੈਂਪ 'ਚ? ਯਾਰ, ਕੰਪ ਦਾ ਯਾਰ ਮੈਨੂੰ ਨਾਂ ਨਹੀਂ ਹੁਣ ਆਉਂਦਾ, ਮੀਆਂ ਹੁਣ ਗੱਲਾਂ ਤਾਂ ਕਰਦੇ ਹੁੰਦੇ ਸੀ। ਇਹ ਉੱਗੀ ਵਾਲੇ ਹੁਣ ਕਿੱਥੇ ਬੈਠੇ ਆ ਜਿਹੜੇ ਤੁਹਾਡੇ ਰਿਸ਼ਤੇਦਾਰ ਆਏ ਸੀ ਬਹੁਤੇ? ਸਾਡੇ ਰਿਸ਼ਤੇਦਾਰ ਕੋਈ ਤਾਂ ਫੈਸਲਾਬਾਦ ਬੈਠੇ ਆ। ਕਿਹੜੀ ਜਗ੍ਹਾ? ਸ਼ਹਿਰ 'ਚ ਉੱਥੇ। ਅੱਛਾ, ਸ਼ਹਿਰ 'ਚ ਬੈਠੇ ਉੱਗੀ ਵਾਲੇ? ਉੱਗੀ ਵਾਲੇ। ਅੱਛਾ ਅੱਛਾ, ਅਤੇ ਕੋਈ 2-3 ਘਰ ਬਾਬਲ ਨਗਰ ਬੈਠੇ ਆ। ਅੱਛਾ, ਕਿਹੜੇ ਪਿੰਡ 'ਚ? ਪਿੰਡ ਪੁੰਡ ਦਾ ਨਹੀਂ ਸਾਨੂੰ ਪਤਾ, ਤੁਹਾਨੂੰ ਮਤਲਬ ਜਾਣ ਆਉਣ ਨਹੀਂ ਨਾ? ਹਾਂ, ਜਾਣ ਆਉਣ ਨਹੀਂ। ਅੱਛਾ, ਤੁਸੀਂ ਨਾ ਇਹ ਦੱਸਿਓ ਕਿ ਜਿਹੜੇ ਇਹ ਆਏ ਹੈ ਇੱਥੋਂ ਬੰਦੇ ਗਏ, ਉਹਨਾਂ 'ਚੋਂ ਤਾਂ ਨਹੀਂ ਕਿਸੇ ਦਾ ਕੋਈ ਜੀ ਰਹਿ ਗਿਆ, ਕੋਈ ਜਨਾਨੀ ਰਹਿ ਗਈ ਹੋਵੇ, ਸੁਣੀ ਹੋਵੇ ਕਦੀ? ਨਹੀਂ ਨਹੀਂ, ਕਿਉਂਕਿ ਇਹ ਰਹਿ ਗਈਆਂ, ਰਹਿ ਗਈਆਂ ਸੀ ਕੁਛ ਜਨਾਨੀਆਂ ਕਈ ਜਗ੍ਹਾ ਦੇ ਉੱਤੇ, ਹੈ ਨਾ? ਇੱਦਾਂ ਹੋਇਆ ਵੀ ਫਿਰ ਫੌਜ ਵਾਲੇ ਆਏ ਤਾਂ ਫਿਰ ਉਹ ਤਬਾਦਲਾ ਕਰਦੇ ਰਹੇ ਜਨਾਨੀਆਂ ਦਾ, ਹੈ ਨਾ? ਇੱਦਾਂ ਦੇ ਕੇਸ ਹੋਏ ਆ ਕਈ ਸਾਰੇ। ਤੁਹਾਡੇ ਪਿੰਡ ਦੇ ਵਿੱਚ ਜਿਹੜੇ ਨਾਲ ਕੰਮ ਕਰਾਉਣ ਵਾਲੇ ਬੰਦੇ ਹੁੰਦੇ ਸੀਗੇ, ਕੰਮ ਕਰਾਉਂਦੇ ਸੀਗੇ ਰੋਟੀ ਪਾਣੀ ਦੇ ਬਦਲੇ, ਉਹਨਾਂ ਨੂੰ ਚਮਾਰ ਕਹਿੰਦੇ ਸੀ, ਉਹਨਾਂ 'ਚੋਂ ਕੋਈ ਘਰ ਤਾਂ ਹੋਣਾ? 2 ਘਰ ਹੈਗੇ ਸੀ ਚਮਾਰਾਂ ਦੇ, ਜਿਮੀਦਾਰ ਦੇ ਨਾਲ ਵੱਟ ਬੰਨਾ, ਖੇਤੀਬਾੜੀ ਖਾਲਾ ਬੰਨਾ ਬਣਾ ਲੈਣਾ, ਜਿਹੜਾ ਕਲਾਪਾ ਬੰਦਾ ਉਹ ਨਾਲ ਚੂੜੇ ਨੂੰ 6 ਮਹੀਨੇ ਮਿਹਨਤ ਦੇ ਛੱਡਣੀ। ਉਹਨਾਂ ਦੇ ਕੋਈ ਨਾਂ ਯਾਦ ਆ ਵੀ ਕਿਹੜੇ ਸੀਗੇ ਨਾਂ, ਕੁਛ ਸੁਣਿਆ ਉਹਨਾਂ ਦਾ ਨਾਂ? ਚਮਾਰਾਂ ਦੇ? ਹਾਂਜੀ ਹਾਂਜੀ, ਇੱਕ ਦਾ ਜਵਾਲਾ ਸੀ। ਜਵਾਲਾ? ਅੱਛਾ, ਦੂਸਰੇ ਦਾ? ਇੱਕ ਨਾ ਬੋਧੀ ਸ਼ਾਹ ਸੀ। ਅੱਛਾ, ਬੋਧੀ ਸ਼ਾਹ ਉਹਨੂੰ ਕਹਿੰਦੇ ਸੀ? ਉਹ ਸ਼ਾਹ ਤਾਂ ਉਹਨਾਂ ਨੂੰ ਕਹਿੰਦੇ ਸੀ ਜਿਹੜੇ ਬੰਦੇ ਆ ਦੁਕਾਨ ਸ਼ੁਕਾਨ ਕਰਦੇ ਆ ਜਾਂ ਪੈਸੇ ਸੂਦ 'ਤੇ ਦਿੰਦੇ ਵਿਆਜ 'ਤੇ, ਜਾਂ ਉਹ ਉਹਦੇ ਸੂਦ ਸਾਦ ਕਿੱਥੇ ਹੁੰਦੇ ਸੀ? ਵਿਆਜ 'ਤੇ ਨਹੀਂ ਸੀ, ਜ਼ਮੀਨਾਂ ਗਹਿਣੇ ਰੱਖ ਦਿੰਦੇ ਅਤੇ ਇੱਦਾਂ ਕਰਦੇ ਤੇ ਪਿੱਛੇ ਰੱਖਦੇ, ਇੱਥੇ ਕੌਣ ਰੱਖਦੇ? ਅੱਛਾ, ਪਿੰਡ 'ਚ ਦੁਕਾਨ ਵੀ ਹੈਗੀ ਸੀ? ਦੁਕਾਨ ਖੱਤਰੀਆਂ ਦੀ ਸੀ। ਖੱਤਰੀਆਂ ਦੀ ਸੀ, ਉਹੀ ਮੈਂ ਤਾਂ ਪੁੱਛਦਾ ਤੁਹਾਨੂੰ ਵੀ ਇਹ ਤੁਹਾਨੂੰ ਯਾਦ ਆ ਜਾਣਾ। ਖੱਤਰੀ ਦਾ ਨਾਂ ਕੀ ਸੀ ਉਹਦਾ? ਬਖਤਮਲ। ਬਖਤਮਲ ਨਾਂ ਸੀ ਉਹਦਾ ਨਾ? ਅੱਛਾ, ਉਹ ਬਖਤਮਲ ਦੇ, ਉਹ ਵੀ ਉਦੋਂ ਹੀ ਗਿਆ ਜਦੋਂ ਉਜਾੜੇ ਪਏ? ਉਹ ਪਹਿਲਾਂ ਚਲਾ ਗਿਆ ਸੀ ਉਜਾੜੇ ਤੋਂ, ਥੋੜ੍ਹਾ ਜਿਹਾ ਪਹਿਲਾਂ ਚਲਾ ਗਿਆ ਸੀ, ਉਹ ਇੱਦਾਂ ਚਲਾ ਗਿਆ ਸੀ। ਹਾਂ ਹਾਂ, ਉਹ ਸਰਮਾਏਦਾਰ ਆਦਮੀ ਸੀ, ਤਕੜਾ ਬੰਦਾ ਸੀ। ਹਾਂ, ਉਹ ਕੱਪੜਾ ਵੇਚਣਾ ਖੋਤੀ 'ਚ ਰੱਖ ਕੇ। ਅੱਛਾ, ਇੱਕ ਝੁੱਲੀ 'ਚ ਉੱਧਰ ਰੱਖ ਲੈਣੀ, ਇੱਕ ਉੱਧਰ ਰੱਖ ਲੈਣੀ।
एक बुढ़ी ने कपड़ा लिया तो उन्हें 100 का नोट दिता। अच्छा 100 का नोट? हाँ हाँ हाँ। उन्हें क्या भी खरा किन्ना के सरमाया है देखो। हाँ हाँ हाँ। वो बंदा एक बेईमान हो गया भी, ये वक्त माल कपड़ा इन्ना भेजदा बड़ा सरमाया होना है। वो तुरिया आंदा पंजा चौं चक्कां च बेच के ते पिंड अपने नूं। हाँ। एक मुसलमान बंदा इस टाइम नमाज वजू करके ते नमाज गुजारन लगा। हाँ। ओनू कहिंदा महर जी। हाँ। पट्ठे लैणे रुक। हाँ। वो कहिंदा पट्ठे आ वड्डे पए आ। हाँ। चुकला रुक ते मरिया कर दिने दिने चला जाया कर। अच्छा भी दिने दिने चला जाया कर घर नूं। अच्छा वेले वक्त माड़े आ। हाँ हाँ। वो जांदा त्रेटा टोबे ते। अच्छा अगे उहदा वही आके बैठा। अच्छा सरकार आ जाओ साडे कोल, तुसीं इदां तां ना करो, कोलों दी लंघ जांदे आ। ਕੀ ਹਾਲ ਆ ਜੀ? ਬਹਿ ਜਾਓ ਇੱਥੇ, ਬਹਿ ਜਾਓ, ਆਪਾਂ ਗੱਲਾਂ ਬਾਤਾਂ ਕਰਦੇ ਹਾਂ ਜੀ, ਹੁਣ ਸਾਂਝੀਆਂ ਗੱਲਾਂ ਸਾਡੀਆਂ। ਅੱਛਾ ਆਹ ਗੱਲ ਇੱਕ ਕਰਦੇ ਪਏ ਜੀ ਫਿਰ ਆਪਣੀ। ਅੱਛਾ ਜਨਾਬ ਉੱਥੋਂ ਨਾ ਹੁਣ 26 ਜਾਂ ਟੋਕਾ ਕੱਢਿਆ। ਅੱਛਾ ਉਹ ਖੱਤਰੀ ਨੂੰ ਮੜ ਸੁੱਟਿਆ। ਅੱਛਾ ਮੜ ਕੇ ਹੁਣ ਕੱਪੜਾ ਕੁਪੜਾ ਸੁੱਟਤਾ। ਹਾਂ ਹਾਂ। ਉਹਦੇ ਕੱਪੜੇ 'ਚ ਬੰਨਿਆ ਤੋਂ ਟਿੱਬਾ ਹੋਵੇ ਕਾਫੀ ਉੱਚਾ। ਹਾਂ ਹਾਂ। ਉਹਦੀ ਢਾਲ ਨਾਲ ਇੱਦਾਂ ਥੱਲੇ ਲਿਜਾ ਕੇ ਉੱਤੇ ਪੈਰਾਂ ਨਾਲ ਢਾਲਦਾ ਰਿਹਾ ਢਾਲਦਾ ਰਿਹਾ ਢਾਲਦਾ ਰਿਹਾ। ਜਦੋਂ ਕੋਈ ਕਾਫੀ ਹੋ ਗਈ ਤਾਂ ਉਹ ਕਹਿੰਦਾ ਵੀ ਕੋਈ ਨਹੀਂ ਹੁਣ ਮੱਖੀ ਮੁੱਖੀ ਨਹੀਂ ਬਹਿੰਦੀ, ਚਲੀਏ। ਹਾਂ ਹਾਂ। ਉਹ ਖੋਤੀ ਖਾਲੀ ਜਿਹੜੀ ਸੀ ਨਾ। ਹਾਂ। ਉਹ ਪਿੰਡ ਜਾ ਵੜੀ। ਅੱਛਾ ਉਹਦੀ ਜਨਾਨੀ ਆਣੀ ਗੁਆਂਢੀ ਕਹਿਣ ਲੱਗੀ ਵੀ ਅੱਜ ਵਕਤ ਮਾਲ ਨਹੀਂ ਆਇਆ। ਹਾਂ। ਖੋਤੀ ਵੀ ਖਾਲੀ, ਕੱਪੜਾ ਵੀ ਇਹਨੇ ਵੀ ਖੜਿਆ, ਰਾਹ ਕਿਤੇ ਕੱਪੜਾ ਸਿੱਟਿਆ ਹੀ ਆ। ਹਾਂ ਹਾਂ। ਤੂੰ ਨੱਠ ਭੱਜ ਦੇਖ ਦੂੰ ਪੂਰਾ ਪਰਾ, ਤਿੰਨ ਦੋ ਤਿੰਨ ਦਿਨ ਆਸੇ ਪਾਸੇ ਖਬਰਾਂ ਖੁਬਰਾਂ ਲੈਂਦੇ ਰਹੇ, ਨਹੀਂ ਲੱਭਾ। ਹਾਂ ਹਾਂ। ਉਹ ਜਿੱਦਾਂ ਜਿੱਦਾਂ ਖੋਤੀ ਪਿੰਡਾਂ 'ਚ ਕੱਪੜਾ ਲੈ ਕੇ ਫਿਰਦੀ ਸੀ ਨਾ, ਉੱਥੋਂ ਦਬ ਕੇ ਤਾਂ ਦੂਏ ਪਿੰਡ ਚਲੀ ਗਈ। ਹਾਂ ਹਾਂ। ਦੂਏ ਪਿੰਡਾਂ ਨੇ ਦਬ ਕੇ ਤੀਜੇ ਪਿੰਡ ਚਲੀ ਗਈ। ਹਾਂ ਹਾਂ। ਉਹ ਖੋਤੀ ਦਾ ਵਾਰਸ ਕੋਈ ਨਾ ਬਣਿਆ। ਅੱਛਾ। ਇੱਕ ਜਾਲੀ ਬੱਕਰੀਆਂ ਭੇਟਾਂ ਚਾਰ ਦਾ। ਅੱਛਾ। ਤਰੇਟ ਚੱਕ ਦਾ ਟੋਬਾ ਜਿਹੜਾ ਸੀ ਨਾ ਬਹੁਤ ਮਸ਼ਹੂਰ ਸੀ। ਅੱਛਾ। ਜਦੋਂ ਕਿਤੇ ਪਾਣੀ ਨੇ ਲੱਭਿਆ ਜੋ ਜਾਨਵਰਾਂ ਨੇ ਦਸਾਂ ਦਸਾਂ ਬਾਰਾਂ ਬਾਰਾਂ ਮੇਲਾਂ ਦੇ ਵਾਗ ਵਾਲਿਆਂ ਨੇ ਆ ਕੇ ਪਾਣੀ ਉੱਥੇ ਬੜਾਉਣਾ। ਹਾਂ ਹਾਂ। ਉਹ ਪਾਣੀ ਡਾਉਣ ਆਉਂਦੇ ਆ ਬੱਕਰੀਆਂ ਭੇਡਾਂ ਵਾਲੇ। ਹਾਂ। ਉਹ ਦੇਖਦੇ ਕੀ ਆ ਤਾਂ ਵੀ ਉੱਥੇ ਬੱਖੀ ਬੜੀ ਇਕੱਠੀ ਹੋਈ। ਹਾਂ ਹਾਂ। ਬਹੁਤ ਮਾਰੇ। ਹਾਂ ਹਾਂ। ਲਾਜ ਉਹਨਾਂ ਪਿੰਡ 'ਚ ਆ ਕੇ ਤਲਾਹ ਕੀਤੀ। ਫਿਰ ਨੰਬਰਦਾਰ ਨੂੰ ਥਾਣੇ ਤਲਾਹ ਕੀਤੀ। ਹਾਂ। ਪੁਲਿਸ ਆ ਗਈ। ਹਾਂ। ਆ ਕੇ ਥਾਂ ਪਟਿਆ। ਹਾਂ। ਦੇਖਿਆ ਉਹਨੂੰ ਕੱਢਿਆ। ਬੋਲ ਮਾਰੇ ਵੀ ਬੰਦਾ ਬਰਦਾਸ਼ਤ ਨਹੀਂ ਸੀ ਕਰ ਸਕਦਾ। ਠੀਕ। ਉਹ ਫਿਰ 2 ਮਹੀਨੇ ਦਰਾਨੀ ਰਹੀ ਹੈ ਬੱਚੇ ਲੈ ਕੇ। ਚਲੋ ਚਲੋ। ਅਮਨ ਤੋਂ ਪਹਿਲਾਂ ਹੀ ਆਪਣੇ ਵਤਨ ਨੂੰ ਚਲੀ ਗਏ। ਚਲੋ ਬੋਲ ਠੀਕ ਆ ਜੀ, ਬਹੁਤ ਮਿਹਰਬਾਨੀ।